ਇਹ ਤਾਂ ਆਪਾਂ ਹੁਣ ਡੇਲੀ ਵਲੋਗਿੰਗ ਜਿਵੇਂ 30 ਵਲੋਗ ਦਾ ਵਾਅਦਾ ਕੀਤਾ ਸੀਗਾ ਅਤੇ ਹੁਣ ਮੈਂ ਸੋਚ ਰਿਹਾ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੋਗ ਦੇ ਨਾਲ ਜੀ ਤੇ ਜਿਵੇਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਵੀ 30 ਵਲੋਗ ਦਾ ਵਾਅਦਾ ਕੀਤਾ ਸੀ ਆਪਾਂ ਤੇ 30 ਵਲੋਗ ਆਪਣੇ ਕੱਲ ਕੰਪਲੀਟ ਹੋ ਚੁੱਕੇ ਨੇ ਇਹ 31ਵਾਂ ਵਲੋਗ ਹੈ 30 ਵਲੋਗ ਆਪਣੇ 30 ਦਿਨਾਂ 'ਚ ਕੰਪਲੀਟ ਹੋਏ ਨੇ ਮਤਲਬ ਤੁਹਾਨੂੰ ਪ੍ਰੋਮਿਸ ਕੀਤਾ ਸੀ ਵੀ ਡੇਲੀ ਵਲੋਗਿੰਗ ਅਸੀਂ ਸਟਾਰਟ ਕਰ ਰਹੇ ਹਾਂ ਤਾਂ ਡੇਲੀ ਵਲੋਗਿੰਗ ਰੱਖੀ ਆਪਾਂ 30 ਦਿਨ ਰੋਜ਼ ਵਲੋਗ ਆਇਆ ਮੈਨੂੰ ਮਤਲਬ ਲੱਗਦਾ ਜੋ ਤੁਹਾਡੇ ਨਾਲ ਪ੍ਰੋਮਿਸ ਕੀਤਾ ਉਹ ਅਸੀਂ ਕੰਪਲੀਟ ਕੀਤਾ ਸਾਨੂੰ ਮਤਲਬ ਸਾਨੂੰ ਇਹਨੂੰ ਪਤਾ ਨਹੀਂ ਹੈ ਨਾ ਮੈਨੂੰ ਲੱਗਦਾ ਪਰ ਮੈਨੂੰ ਲੱਗਦਾ ਨਹੀਂ ਵੀ ਯਾਰ ਆਪਾਂ 30 ਦਿਨ ਇਕੱਠੇ ਵਲੌਗ ਬਣਾ ਲਿਆ ਵੀ ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਮੈਂ ਲੇਜ਼ੀ ਹਾਂ ਬਹੁਤ ਬਟ ਤੁਹਾਨੂੰ ਤੁਹਾਡੇ ਪਿਆਰ ਨੇ ਜੋ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਵਲੌਗ ਨੂੰ ਉਸ ਪਿਆਰ ਨੇ ਸਾਨੂੰ 30 ਦਿਨ ਲਗਾਤਾਰ ਕੰਮ ਕਰਨ ਨੂੰ ਮਜਬੂਰ ਕਰਤਾ ਜਿਵੇਂ 30 ਦਿਨ ਤੁਹਾਨੂੰ ਆਦਤ ਪੈ ਗਈ ਸਾਨੂੰ ਡੇਲੀ ਦੇਖਣ ਦੀ ਉਵੇਂ ਸਾਨੂੰ ਆਦਤ ਪੈ ਗਈ ਤੁਹਾਡੇ ਡੇਲੀ ਡੇਲੀ ਕਮੈਂਟਸ ਪੜਨ ਦੀ ਡੇਲੀ ਵਲੌਗ ਬਣਾਉਣ ਦੀ ਜਿਵੇਂ ਹੁਣ ਕਿਤੇ ਜਾਂਦੇ ਹਾਂ ਠੀਕ ਆ ਪਹਿਲਾਂ ਐਵੇਂ ਸਿੰਪਲ ਵਗਿੰਦੇ ਸੀ ਹੁਣ ਐਵੇਂ ਫੀਲ ਹੁੰਦਾ ਵੀ ਯਾਰ ਇਹ ਤਾਂ ਵਲੌਗ ਬਣਾਇਆ ਜਾਵੇ ਹੈ ਨਾ ਵਲੌਗ ਬਿਨਾਂ ਬਣਾਇਆ ਨਾ ਖਾਲੀ ਖਾਲੀ ਜਿਹਾ ਫੀਲ ਹੁੰਦਾ ਅਤੇ ਪਰ ਹੁਣ 30 ਵਲੌਗ ਬਣ ਚੁੱਕੇ ਨੇ 31ਵਾਂ ਵਲੌਗ ਹੈ ਇਹ ਤਾਂ ਆਪਾਂ ਹੁਣ ਡੇਲੀ ਵਲੌਗਿੰਗ ਜਿਵੇਂ 30 ਵਲੌਗ ਦਾ ਵਾਅਦਾ ਕੀਤਾ ਸੀਗਾ ਅਤੇ ਹੁਣ ਮੈਂ ਸੋਚ ਰਿਹਾ ਚਲੋ ਮੈਂ ਤਾਂ ਕੀ ਸੋਚ ਰਿਹਾ ਤੁਸੀਂ ਸਾਰੇ ਹੁਣ ਅਸੀਂ ਸਪੈਸ਼ਲ ਇਹ ਵੀਡੀਓ ਬਣਾਈ ਹੈ ਕਿਉਂ ਕਿਉਂਕਿ ਅਸੀਂ ਤੁਹਾਡਾ ਫੀਡਬੈਕ ਜਾਣਨਾ ਚਾਹੁੰਦੇ ਹਾਂ ਵੀ ਤੁਸੀਂ ਤੁਹਾਡਾ ਫੀਡਬੈਕ ਸਭ ਤੋਂ ਮੇਨ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਵੀ ਡੇਲੀ ਵਲੌਗਿੰਗ ਰੱਖੀਏ ਅਸੀਂ ਜਾਂ ਫਿਰ ਹਫ਼ਤੇ 3-4 ਵਲੌਗ ਰੱਖੀਏ ਵੀ ਹਰ ਰੋਜ਼ ਸ਼ਾਮੀ 6 ਵਜੇ ਨਹੀਂ ਮਤਲਬ ਇੱਕ ਦਿਨ ਛੱਡ ਕੇ ਵਲੌਗ ਰੱਖੀਏ 2 ਦਿਨਾਂ 'ਚ ਇੱਕ ਵਲੌਗ ਰੱਖੀਏ ਇਹ ਤੁਹਾਡੇ 'ਤੇ ਹੈ ਤੁਸੀਂ ਜਿਵੇਂ ਕਮੈਂਟ ਕਰੋਗੇ ਆਪਾਂ ਉਵੇਂ ਕਰ ਲਾਂਗੇ ਸਾਡਾ ਤਾਂ ਕੰਮ ਐਂਟਰਟੇਨ ਕਰਨਾ ਹੈ ਬਾਕੀ ਤੁਸੀਂ ਕਰਨਾ ਸਾਰਾ ਕੁਝ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਤੇ ਹੈ ਨਾ ਇਹ ਹਰ ਇੱਕ ਕਮੈਂਟ ਕਰਕੇ ਦੱਸਾਂਗੇ ਆਪਾਂ ਨੂੰ ਐਕਚੁਅਲੀ 30 ਡੇਜ਼ ਮਤਲਬ ਮਾਇਨੇ ਰੱਖਦੇ ਨੇ 30 ਦਿਨ ਪੂਰਾ 1 ਮਹੀਨਾ ਕਿਵੇਂ ਨਿਕਲ ਗਿਆ ਸਾਨੂੰ ਖੁਦ ਨਹੀਂ ਪਤਾ ਲੱਗਿਆ ਕਿਉਂਕਿ ਰਿਸ਼ਤੇਦਾਰੀਆਂ 'ਚ ਆਉਣਾ ਜਾਣਾ ਰੋਟੀ ਕੀਤੀ ਸਾਰਿਆਂ ਨੇ ਅਸੀਂ ਇਹ ਵੀ ਸੋਚਿਆ ਸੀ ਕਿ ਅਸੀਂ ਟਰੈਵਲਿੰਗ ਕਰਾਂਗੇ ਜਿਹੜਾ ਉਹ ਵਾਲਾ ਮਤਲਬ ਘੁੰਮਣਾ ਫਿਰਨਾ ਅਗਰ ਕਿਤੇ ਜਾਵਾਂਗੇ ਤਾਂ ਉਹ ਵਾਲਾ ਵੀ ਅਸੀਂ ਇਸੀ ਵੀ ਮਤਲਬ ਇਹੀ 30 ਵਲੌਗਸ ਦੇ ਵਿੱਚ ਹੀ ਹੋਏਗਾ ਬਟ ਇਹ 30 ਵਲੌਗਸ ਵਾਲੀ ਪਤਾ ਹੀ ਨਹੀਂ ਲੱਗਿਆ ਕਿਵੇਂ ਦਿਨ ਨਿਕਲ ਗਏ ਸੋ ਤੁਸੀਂ ਇੰਨਾ ਪਿਆਰ ਦਿੱਤਾ ਵਲੌਗਿੰਗ ਨੂੰ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ 30 ਦਿਨ ਕਿਵੇਂ ਨਿਕਲ ਗਏ ਪਰ ਹੁਣ ਜਿਹੜੇ ਟਰੈਵਲਿੰਗ ਵਲੌਗ ਹੋਣਗੇ ਇੱਧਰ ਜਾਣਾ ਉੱਧਰ ਜਾਣਾ ਘੁੰਮਣ ਫਿਰਨ ਜਾਣਾ ਸਾਨੂੰ ਪੱਕਾ ਲੋਕੇਸ਼ਨ ਤਾਂ ਪਤਾ ਨਹੀਂ ਅਸੀਂ ਕਿੱਥੇ ਜਾਣਾ ਬਟ ਬਹੁਤ ਜਗ੍ਹਾ ਜਾਣਾ ਕਿਉਂਕਿ ਅਸੀਂ ਗਏ ਨਹੀਂ ਵਿਆਹ ਤੋਂ ਬਾਅਦ ਕਿਤੇ ਤਾਂ ਬਹੁਤ ਜਗ੍ਹਾ ਜਾਣਾ ਆਪਾਂ ਸਾਨੂੰ ਸਾਰਾ ਕੁਝ ਦਿਖਾਵਾਂਗੇ ਅਸੀਂ ਕਿੱਥੇ ਗਏ ਕਿੰਨਾ ਬਜਟ ਸੀ ਸਾਰਾ ਕੁਝ ਦਿਖਾਵਾਂਗੇ ਅਤੇ ਉਹ ਵਲੌਗ ਤਾਂ ਆਉਣਗੇ ਆਉਣਗੇ ਹੁਣ ਇਹ ਤੁਹਾਡੇ 'ਤੇ ਹੈ ਵੀ ਤੁਸੀਂ ਦੱਸੋ 1-1 ਦਿਨ ਛੱਡ ਕੇ ਵਲੌਗ ਪਾਈਏ ਜਾਂ ਫਿਰ ਡੇਲੀ ਪਾਈਏ ਇਹ ਤੁਸੀਂ ਦੱਸੋਗੇ ਅਤੇ ਬਸ ਆਪਾਂ ਇਹ ਵਲੌਗ ਇੱਥੇ ਅੱਗੇ ਰੱਖਦੇ ਛੋਟਾ ਜਿਹਾ ਵਲੌਗ ਬਣਾਇਆ ਸਪੈਸ਼ਲ ਤੁਹਾਨੂੰ ਸਿਰਫ ਪੁੱਛਣ ਵਾਸਤੇ ਬਣਾਇਆ ਤਾਂ ਇੱਕ ਵੀ ਬੰਦਾ ਐਸਾ ਨਾ ਹੋਵੇ ਜਿਹੜਾ ਕਮੈਂਟ ਨਾ ਕਰੇ ਜਿਵੇਂ ਮੈਂ ਤੁਹਾਨੂੰ ਹਮੇਸ਼ਾ ਤੋਂ ਕਹਿੰਦੀ ਆ ਰਹੀ ਹਾਂ ਕਿ ਅਗਰ 1-2 ਮੈਸੇਜ ਆਏ ਤਾਂ ਨਹੀਂ ਬਟ ਕਿੰਨੇ ਸਾਰੇ ਮੈਸੇਜਸ ਆਉਣਗੇ ਤਾਂ ਅਸੀਂ ਉਸ ਚੀਜ਼ 'ਤੇ ਗੌਰ ਕਰਾਂਗੇ ਅਤੇ ਸੋ ਤੁਸੀਂ ਸਾਰੇ ਜਾਣੇ ਬਸ ਹੁਣ ਇਸ ਚੀਜ਼ ਨੂੰ ਲੱਗ ਜਾਓ ਸੋਚੋ ਕਿ ਸਾਡੇ ਡੇਲੀ ਵਲੌਗਸ ਦੇਖਣੇ ਆ ਜਾਂ ਫਿਰ ਅਸੀਂ ਕੁਝ ਦਿਨ ਰੁਕ ਕੇ ਗੈਪ ਪਾ ਕੇ ਵਲੌਗਸ ਬਣਾਇਆ ਕਰੀਏ ਅਤੇ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਾਂਗੇ ਹੁਣ ਵਲੌਗਿੰਗ ਥੋੜ੍ਹਾ ਸੀਰੀਅਸ ਲੈਂਦੇ ਹਾਂ ਠੀਕ ਆ ਤਾਂ ਬਹੁਤ ਸੋਹਣਾ ਪਿਆਰ ਦੇ ਰਹੇ ਹੋ ਅਸੀਂ ਤਾਂ ਅਸੀਂ ਵੀ ਤੁਹਾਨੂੰ ਸਾਡਾ ਮਤਲਬ ਫਰਜ਼ ਬਣਦਾ ਵੀ ਤੁਹਾਨੂੰ ਵਧੀਆ ਵਧੀਆ ਕੰਟੈਂਟ ਵਧੀਆ ਕੁਆਲਿਟੀ ਕੰਟੈਂਟ ਦਈਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਤੋਂ ਵੀ ਬੈਟਰ ਹੁੰਦੇ ਜਾਈਏ ਇਹ ਨਹੀਂ ਵੀ ਇੱਕ ਲੈਵਲ 'ਤੇ ਖੜ ਗਏ ਜਿਵੇਂ ਅੱਜ ਉਰੇ ਤਾਂ ਕੱਲ੍ਹ ਉਰੇ ਹੋਈਏ ਅੱਜ ਵਾਲੇ ਵਲੌਗ ਦਾ ਲੈਵਲ ਉਰੇ ਤਾਂ ਕੱਲ੍ਹ ਦਾ ਉਰੇ ਹੋਵੇ ਹੈ ਨਾ ਅਤੇ ਇਸ ਲਈ ਤੁਹਾਡਾ ਕਮੈਂਟ ਕਰਨਾ ਜ਼ਰੂਰੀ ਹੈ ਇਕੱਲੀ ਇਕੱਲੀ ਚੀਜ਼ ਕਮੈਂਟ ਕਰ ਦਿਓ ਇਹ ਵਲੌਗ 'ਤੇ ਸਾਰੇ ਜ਼ਰੂਰ ਕਮੈਂਟ ਕਰ ਦਿਓ ਜਿੰਨੇ ਵੀ ਆਪਣੀ ਆਡੀਅੰਸ ਦੇਖ ਰਹੀ ਹੈ ਸਾਰੇ 1-1 ਕਮੈਂਟ ਆਪਣਾ ਆਪਣਾ ਜ਼ਰੂਰ ਯੋਗਦਾਨ ਪਾਇਓ ਅਤੇ ਹੁਣ ਬਸ ਇਹ ਵਲੌਗ ਇੱਥੇ ਤੱਕ ਰੱਖਦੇ ਹਾਂ ਇਸ 'ਚ ਸਿਰਫ ਤੁਹਾਡੇ ਓਪੀਨੀਅਨ ਲੈਣ ਵਾਸਤੇ ਬਣਾਇਆ ਠੀਕ ਹੈ ਲਾਈਕ ਕਰਿਓ ਨਾ ਕਰਿਓ ਬਟ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਇੱਦਾਂ ਹੀ ਪਿਆਰ ਦਿੰਦੇ ਰਹੋ ਅਸੀਂ ਤੁਹਾਡੇ ਤੋਂ ਸਾਡੇ ਲਵ ਯੂ ਧਿਆਨ ਰੱਖਿਓ ਸਾਰੇ ਆਪਣੇ ਮਾਸਕ ਵਗੈਰਾ ਪਾ ਕੇ ਰੱਖਿਓ ਬਾਕੀ ਮਿਲਦੇ ਹਾਂ ਹੁਣ ਤੁਹਾਨੂੰ ਤੁਹਾਡੇ ਕਮੈਂਟ ਕਰਨ ਦੇ ਅਗਰ ਤੁਸੀਂ ਡੇਲੀ ਕਮੈਂਟ ਕਰੋ ਡੇਲੀ ਮਿਲਾਂਗੇ ਅਗਰ ਤੁਸੀਂ 1-1 ਦਿਨ ਛੱਡ ਕੇ ਕਮੈਂਟ ਕਰੋ ਤਾਂ 1-1 ਦਿਨ ਛੱਡ ਕੇ ਮਿਲਦੇ ਹਾਂ ਲਵ ਯੂ ਆ ਜਾ ਮਕਸੀ ਕੋ ਚਲੀਏ ਆ ਜਾ ਮਕਸੀ